ਹਰ ਇੱਕ ਦਾ ਆਪੋ ਆਪਣਾ ਸ਼ੌਂਕ ਹੁੰਦਾ, ਕਿਸੇ ਨੂੰ ਘੁੰਮਣ ਦਾ ਸ਼ੌਂਕ ਹੁੰਦਾ ਤੇ ਕਿਸੇ ਨੂੰ ਖਾਣ ਪੀਣ ਦਾ। ਜਿਵੇਂ ਕਿ ਹਰੇਕ ਦਾ ਸ਼ੌਂਕ ਵੱਖੋ ਵੱਖਰਾ ਹੁੰਦਾ, ਕਿਸੇ ਨੂੰ ਦੁਨੀਆ ਘੁੰਮਣੀ ਪਸੰਦ ਹੁੰਦੀ ਹੈ, ਉਸੇ ਤਰ੍ਹਾਂ ਸਪੇਨ ਦੇ ਇਸ ਜੋੜੇ ਦਾ ਸ਼ੌਂਕ ਸੀ ਦੁਨੀਆ ਘੁੰਮਣ ਦਾ ਤੇ ਇਹ ਜੋੜਾ ਦੁਨੀਆ ਦੇ ਕਈ ਦੇਸ਼ ਘੁੰਮਦੇ ਹੋਏ ਇੰਡੀਆ ਪਹੁੰਚਿਆ। ਉਸ ਤੋਂ ਪਹਿਲਾਂ ਉਹ ਪਾਕਿਸਤਾਨ, ਸ਼੍ਰੀਲੰਕਾ ਅਤੇ ਹੋਰ ਵੱਖੋ ਵੱਖਰੀਆਂ ਕੌਂਟਰੀਆਂ ਘੁੰਮ ਕੇ ਭਾਰਤ ਦੇਖਣ ਆਇਆ ਸੀ। ਪਹਿਲਾਂ ਇਹ ਜੋੜਾ ਪੰਜਾਬ ਆਇਆ, ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਅਤੇ ਉੱਥੋਂ ਦੀਆਂ ਤਸਵੀਰਾਂ ਵੀ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਨੇ ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਪੰਜਾਬ ਦਿਆਂ ਲੋਕਾਂ ਨੇ ਸਾਨੂੰ ਕਾਫ਼ੀ ਜ਼ਿਆਦਾ ਮਾਣ ਸਤਿਕਾਰ ਦਿੱਤਾ, ਬਹੁਤ ਹੀ ਪਿਆਰਾ ਲੱਗਿਆ ਸਾਨੂੰ ਪੰਜਾਬ। ਪੰਜਾਬ ਘੁੰਮਣ ਤੋਂ ਬਾਅਦ ਇਹ ਸਪੈਨਿਸ਼ ਜੋੜਾ ਆਗਰਾ ਚਲਿਆ ਗਿਆ। ਤਾਜ ਮਹਿਲ ਦੀਆਂ ਤਸਵੀਰਾਂ ਵੀ ਇਹਨਾਂ ਨੇ ਸਾਂਝੀਆਂ ਕੀਤੀਆਂ ਨੇ। ਜਦੋਂ ਇਹ ਜੋੜਾ ਝਾਰਖੰਡ ਪਹੁੰਚਦਾ ਤਾਂ ਇਹਨਾਂ ਦੇ ਨਾਲ ਅਜਿਹੀ ਘਟਨਾ ਵਾਪਰਦੀ ਹੈ ਜਿਸ ਨੇ ਇਹਨਾਂ ਨੂੰ ਜਮ੍ਹਾਂ ਝੰਝੋੜ ਕੇ ਰੱਖਤਾ ਅਤੇ ਉੱਥੇ ਹੀ ਪੂਰੀ ਦੁਨੀਆ ਨੂੰ ਵੀ ਸ਼ਰਮਸ਼ਾਰ ਕਰਤਾ। ਇਸ ਜੋੜੇ ਨੇ ਝਾਰਖੰਡ ਦੇ ਵਿੱਚ ਇੱਕ ਸੁੰਨੀ ਜਗ੍ਹਾ 'ਤੇ ਆਪਣੀ ਕੈਂਪਿੰਗ ਕੀਤੀ ਅਤੇ ਤੰਬੂ ਲਗਾ ਕੇ ਉਸ ਦੇ ਵਿੱਚ ਸੌ ਗਏ। ਰਾਤ ਦਾ ਟਾਈਮ ਸੀ। ਝਾਰਖੰਡ ਦੇ 7 ਦਰਿੰਦਿਆਂ ਨੇ ਇਸ ਸਪੈਨਿਸ਼ ਕੁੜੀ ਦੇ ਨਾਲ ਸਮੂਹਕ ਬਲਾਤਕਾਰ ਕੀਤਾ। ਇਸ ਦੇ ਪਤੀ ਦੇ ਵੀ ਕਾਫ਼ੀ ਜ਼ਿਆਦਾ ਸੱਟਾਂ ਮਾਰੀਆਂ, ਉਸਦੀ ਕੁੱਟਮਾਰ ਕੀਤੀ। ਇਹਨਾਂ ਨੂੰ ਲੁੱਟਿਆ ਗਿਆ, ਇਹਨਾਂ ਦੇ ਨਾਲ ਬਲਾਤਕਾਰ ਵੀ ਕੀਤਾ ਗਿਆ ਅਤੇ ਇਹਨਾਂ ਦੀਆਂ ਕੀਮਤੀ ਚੀਜ਼ਾਂ ਵੀ ਖੋਹ ਲਈਆਂ ਗਈਆਂ। ਇਸ ਕਪਲ ਨੇ ਵੀਡੀਓ ਰਾਹੀਂ ਆਪਣੀ ਹੱਡਬੀਤੀ ਵੀ ਬਿਆਨ ਕੀਤੀ ਹੈ। ਇਸ ਘਟਨਾ ਨੇ ਭਾਰਤ ਦੇਸ਼ ਦੀ ਵੀ ਬੇਇੱਜ਼ਤੀ ਕਰਵਾਈ ਹੈ। ਤੁਹਾਡੇ ਇਸ ਖਬਰ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜ਼ਰੂਰ ਕਰਿਓ। ਇਨਸਾਨੀਅਤ ਇੰਨੀ ਕੁ ਗਿਰ ਚੁੱਕੀ ਹੈ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਕਿਵੇਂ ਬਾਹਰਲੇ ਮੁਲਕ 'ਚੋਂ ਆਇਆ ਇੱਕ ਸਪੈਨਿਸ਼ ਜੋੜੇ ਦੇ ਨਾਲ ਭਾਰਤ ਦੇ 7 ਦਰਿੰਦਿਆਂ ਨੇ ਸ਼ਰਮਨਾਕ ਕਰਤੂਤ ਕੀਤੀ ਹੈ ਅਤੇ ਭਾਰਤ ਦਾ ਨਾਮ ਬਦਨਾਮ ਕੀਤਾ ਹੈ। ਅਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਇਹ ਖਬਰ ਤੁਹਾਨੂੰ ਕਿਸੇ ਗੋਦੀ ਮੀਡੀਆ ਨੇ ਨਹੀਂ ਆਪਣੇ ਚੈਨਲ 'ਤੇ ਚਲਾ ਕੇ ਦਿਖਾਉਣੀ। ਤਾਂ ਕਰਕੇ ਜੋ ਮੇਰੇ ਵੀਰ ਅਤੇ ਭੈਣਾਂ ਆਪਣੇ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ।